ਕੈਲੀਫੋਰਨੀਆ ਪੁਲਿਸ ਦੀ ਕਮਾਨ ਇੱਕ ਪੰਜਾਬੀ ਨੂੰ ਸੌਂਪੀ ਗਈ ਹੈ। ਇਹ ਮਾਣ ਮਿਲਿਆ ਹੈ ਮਨਜੀਤ ਸਿੰਘ ਸੱਪਲ ਨੂੰ। ਸੱਪਲ 31 ਅਗਸਤ ਨੂੰ ਆਪਣਾ ਅਹੁਦਾ ਸੰਭਾਲਣਗੇ। ਸੱਪਲ ਕੈਲੀਫੋਰਨੀਆ ਦੇ ਮੌਜੂਦਾ ਪੁਲਿਸ ਮੁਖੀ ਗੈਰੀ ਪੀਟਰਸਨ ਦੀ ਥਾਂ ਲੈਣਗੇ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੱਪਲ ਰਿਚਮੰਡ ਪੁਲਿਸ ਦੇ ਵਿੱਚ 1997 ਦੇ ਵਿੱਚ ਸ਼ਾਮਿਲ ਹੋਏ ਸਨ। ਉਸ ਤੋਂ ਬਾਅਦ ਉਹਨਾਂ ਪੁਲਿਸ ਦੇ ਵਿੱਚ ਵੱਖ ਵੱਖ ਅਹੁਦਿਆਂ ਦੇ ਉੱਤੇ ਕੰਮ ਕੀਤਾ। ਪੁਲਿਸ ਮੁਖੀ ਵਜੋਂ ਨਿਯੁਕਤੀ ਦਾ ਐਲਾਨ ਹੋਣ ਤੋਂ ਬਾਅਦ ਸੱਪਲ ਨੇ ਕਿਹਾ ਕਿ ਉਪਲਬਧੀ ਉੱਤੇ ਉਸ ਨੂੰ ਮਾਣ ਹੈ। ਪੁਲਿਸ ਮੁਖੀ ਵਜੋਂ ਉਹ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ ਪਹਿਲ ਦੇਣਗੇ। ਮਨਜੀਤ ਸਿੰਘ ਸੱਪਲ ਨੇ ਨੈਸ਼ਨਲ ਅਕੈਡਮੀ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੁਲਿਸ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਕੈਲੀਫੋਰਨੀਆ ਵਿੱਚ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰਾ ਰਹਿੰਦਾ ਹੈ। ਇਹ ਪਹਿਲੀ ਵਾਰ ਹੈ ਕਿ ਅਮਰੀਕਾ ਦੇ ਸੂਬੇ ਦਾ ਪੁਲਿਸ ਮੁਖੀ ਕਿਸੇ ਪੰਜਾਬੀ ਨੂੰ ਬਣਾਇਆ ਗਿਆ ਹੋਵੇ।